Sashikal. Melanga, my tea complete karna. This was more than complete. The sharing by Tadikuno, man, everybody. Kamati chi sharing chi. There was a lot to learn for me. Main apne waste bahut kuch sikhya. Mainu lagta hai ki main kafi had tak introspect karta rehna ki apne aap nu. Kyunki tusi ma'am ji mein keh rahe ki it is not easy to find a right rehab, and it is not easy to find a right counselor, and it is not easy to find a right psychiatrist. The cost of being the right professional, the right psychiatrist, is that to see sara din apne te kaam karna hai. Sara din. But this is the only way you can run a rehab center or a psychiatric hospital. ਜੇ ਤੁਸੀਂ ਇਹਨੂੰ ਕਹੋ ਕਿ ਐਜ਼ ਅ ਪ੍ਰੋਫੈਸ਼ਨਲ ਤੁਹਾਡਾ ਕਿ ਇਹ ਜੋਬ ਹੈ, ਜੋਬ ਕੈਨ ਨਾਟ ਬੀ ਡਨ ਵਿਦਆਊਟ ਬੀਂਗ ਪਾਰਟ ਆਫ ਇਟ, ਐਂਡ ਦਿਸ ਇਜ਼ ਵਨ ਪਾਰਟ ਜਿਹੜੀ ਕਿ ਬਾਹਰੋਂ ਅੰਦਰੋਂ ਨਹੀਂ ਆਉਂਦੀ, ਅੰਦਰੋਂ ਬਾਹਰ ਆਉਂਦੀ ਹੈ. ਵਟ ਇਜ਼ ਇਨਸਾਈਡ ਯੂ, ਯੂ ਸੀ ਦ ਥਿੰਗਸ ਇਨ ਦੈਟ ਵੇ. ਇਫ ਯੂ ਸੀ ਕਿ ਤੁਸੀਂ ਆਪ ਹੀ ਨਹੀਂ ਆਪਣੇ 'ਤੇ ਕੰਮ ਕੀਤਾ ਐਂਡ ਯੂ ਆਰ ਇਨਕੰਪਲੀਟ, ਯੂ ਕੈਨ ਨਾਟ ਰਨ ਦਿਸ ਪਾਰਟ. ਸੋ ਸਭ ਤੋਂ ਹਾਰਡੈਸਟ ਪਾਰਟ ਬੀਂਗ ਇਨ ਦ ਰੀਹੈਬ ਸੈਂਟਰ ਇਨ ਦ ਐਜ਼ ਅ ਡਾਕਟਰ, ਐਜ਼ ਅ ਸਾਈਕੈਟ੍ਰਿਸਟ, ਐਜ਼ ਏ ਬਿਕੋਜ਼ ਤੁਸੀਂ ਅੰਦਰੋਂ ਆਪਣੇ ਆਪ ਨੂੰ ਉਸ ਚੀਜ਼ ਤੋਂ ਕਰਨਾ ਹੁੰਦਾ, ਐਂਡ ਇਹ ਸਭ ਤੋਂ ਔਖਾ ਕੰਮ ਹੈ. ਐਂਡ ਆਈ ਥਿੰਕ ਮੋਸਟ ਆਫ ਦ ਪੀਪਲ ਐਂਡ ਮੋਸਟ ਆਫ ਦ ਰੀਹੈਬਸ ਐਂਡ ਮੋਸਟ ਆਫ ਦ ਕਾਉਂਸਲਰਸ ਹੈਵ ਫੇਲਡ ਇਨ ਦਿਸ ਪਾਰਟ. ਦੇ ਥੋਟ ਕਿ ਦੇ ਆਰ ਵਰਕਿੰਗ ਫਾਰ ਅਦਰ, ਹੁਣ ਦੂਜਿਆਂ 'ਤੇ ਕੰਮ ਕਰ ਰਹੇ ਆ, ਉਹਨਾਂ ਨੂੰ ਇਹ ਪਤਾ ਭੁੱਲ ਗਿਆ ਕਿ ਵਟ ਦੇ ਆਰ ਓਨ ਇਮੋਸ਼ਨਸ ਆਰ, ਵਟ ਦੇ ਹੈਵ ਟੂ ਗੋ ਥਰੂ, ਵਟ ਦੇਅਰ ਬਿਲੀਵ ਸਿਸਟਮਸ ਆਰ. ਆਪਣੇ ਆਪ ਦੀ ਜਿਹੜੀ ਇੰਟਰੋਸਪੈਕਸ਼ਨ ਐਂਡ ਹੀਲਿੰਗ ਹੈ ਨਾ, ਦੈਟ ਇਜ਼ ਵੈਰੀ ਵੈਰੀ ਇੰਪੋਰਟੈਂਟ. ਜੇ ਤੁਸੀਂ ਅਨਹੀਲਡ ਹੋ ਨਾ, ਯੂ ਵਿਲ ਵੂਨਡ ਦਾ ਅਦਰ ਪਰਸਨ ਜਿਹੜਾ ਤੁਹਾਡੇ ਕੋਲ ਹੈਲਪ ਲੈਣ ਵਾਸਤੇ ਆਇਆ. ਜੇ ਤੁਸੀਂ ਆਪ ਹੀ ਵੂਨਡਡ ਹੋ, ਤੁਹਾਡੇ ਅੰਦਰ ਹਾਲੇ ਵੀ ਇੰਟਰਨਲ ਬਲੀਡਿੰਗ ਹੋ ਰਹੀ ਹੈ, ਤਾਂ ਤੁਸੀਂ ਕੀ ਕਰੋਗੇ? ਦੂਸਰੇ ਦਾ ਭਲਾ ਕੀ ਕਰੋਗੇ? ਤੁਸੀਂ ਦੂਸਰੇ ਦੀ ਨੂੰ ਸਮਝ ਹੀ ਨਹੀਂ ਸਕੋ, ਤੁਹਾਡੇ 'ਤੇ ਆਪਣੀ ਇੰਟਰਨਲ ਬਲੀਡਿੰਗ ਹੀ ਹਾਲੇ ਖਤਮ ਹੋਊਗੀ. ਸੋ ਦੈਟ ਇਜ਼ ਅ ਟਫੈਸਟ ਪਾਰਟ ਬੀਂਗ ਕਾਉਂਸਲਰ ਔਰ ਸਾਈਕੈਟ੍ਰਿਸਟ ਔਰ ਪ੍ਰੋਫੈਸ਼ਨਲ ਇਨ ਦਿਸ ਫੀਲਡ. ਵਿਦਆਊਟ ਬੀਂਗ ਐਮਪੈਥੈਟਿਕ, ਵਿਦਆਊਟ ਬੀਂਗ ਐਮਪੈਥੈਟਿਕ ਨਾ ਤੁਸੀਂ ਇਹ ਕੰਮ ਕਰ ਹੀ ਨਹੀਂ ਸਕਦੇ. ਐਂਡ ਐਮਪੈਥੀ ਐਂਡ ਸੈਂਸਿਟੀਵਿਟੀ ਆਉਂਦੀ ਤਾਂ ਹੈ ਜੇ ਤੁਸੀਂ ਆਪਣੇ ਨਾਲ ਹਜ਼ਾਰਾਂ ਘੰਟੇ ਆਪਣੇ ਸਟੂਡੈਂਟਸ ਨਾਲ, ਆਪਣੇ ਪੇਸ਼ੈਂਟਸ ਨਾਲ ਬਿਤਾਏ ਹੁੰਦੇ, ਤਾਂ ਜਾ ਕੇ ਇਹ ਚੀਜ਼ ਰਿਅਲਾਈਜ਼ ਹੁੰਦੀ ਹੈ. ਨੋ ਡਾਊਟ ਇਹਦਾ ਆਪਣੀ ਲਾਈਫ ਦੇ ਵਿੱਚ ਬਹੁਤ ਫਾਇਦਾ ਹੁੰਦਾ, ਬਟ ਮੈਂ ਤੁਹਾਨੂੰ ਇਹ ਦੱਸ ਰਿਹਾ ਕਿ ਇਹਦਾ ਇੱਕ ਬਹੁਤ ਵੱਡਾ ਕੋਸਟ ਪੇ ਕਰਨੀ ਪੈਂਦੀ ਹੈ. ਬਿਕੋਜ਼ ਯੂ ਆਰ ਆਲ ਦ ਟਾਈਮ ਨਾਟ ਮੀਟਿੰਗ ਮੀਟਿੰਗ ਪੀਪਲ ਹੂ ਆਰ ਹੈਪੀ ਐਂਡ ਗਿਵ ਯੂ ਪੋਜ਼ਿਟਿਵਿਟੀ. ਬਹੁਤ ਸਾਰੇ ਲੋਕ ਵਿਦ ਟੋਕਸਿਕ ਲੁਕਸ, ਵਿਦ ਟੋਕਸਿਕ ਬਿਹੇਵੀਅਰ, ਟੋਕਸਿਕ ਟੋਕਸਿਸਿਟੀ ਐਂਡ ਨੈਗੇਟਿਵਿਟੀ ਲੈ ਕੇ ਆਉਂਦੇ ਤੁਹਾਡੇ ਕੋਲ. ਉਸ ਨੈਗੇਟਿਵਿਟੀ ਨੂੰ ਆਪਣੇ ਅੰਦਰ ਮੈਨੇਜ ਕਰ ਸਕਣਾ, ਆਪਣੇ ਅੰਦਰ ਨਾ ਵਸਣ ਦੇਣਾ, ਜਾਂ ਉਸ ਟੋਕਸਿਸਿਟੀ ਨੂੰ ਆਪਣੇ ਸਿਰ 'ਤੇ ਸਵਾਰ ਨਾ ਹੋਣ ਦੇਣਾ, ਇਹਦੇ ਵਾਸਤੇ ਬਹੁਤ ਜ਼ਿਆਦਾ ਕੰਮ ਕਰਨਾ. ਸ਼ਾਇਦ ਜਿੰਨਾ ਤੁਹਾਨੂੰ ਕੰਮ ਕਰਨਾ ਪੈਂਦਾ, ਉਨਾ ਹੀ ਮੈਨੂੰ ਆਪਣੀ ਜਗ੍ਹਾ 'ਤੇ ਕੰਮ ਕਰਨਾ ਪੈਂਦਾ ਇਸ ਚੀਜ਼ ਨੂੰ ਠੀਕ ਰੱਖਣ ਵਾਸਤੇ, ਸਟੇਬਲ ਰੱਖਣ ਵਾਸਤੇ. ਐਂਡ ਜਿਹੜੀ ਸਭ ਤੋਂ ਵੱਡੀ ਗੱਲ ਤੁਸੀਂ ਮੈਨੂੰ ਸਮਝਾਈ ਹੈ, ਮੈਨੂੰ ਬਹੁਤ ਜ਼ਬਰਦਸਤ ਹੈ, ਮੇਰੇ ਵਾਸਤੇ ਬੜੇ ਰਿਲੀਫ ਹੈ. ਜਦੋਂ ਤੁਸੀਂ ਕਿਹਾ ਕਿ ਮੈਨੂੰ ਇਹ ਪਤਾ ਲੱਗਿਆ ਕਿ ਇਹ ਕ੍ਰੈਡਿਟ ਮੇਰਾ ਨਹੀਂ ਹੈ, ਜੇ ਉਹ ਕੱਲ੍ਹ ਨੂੰ ਕੁਝ ਕਰਦੇ ਹੈ ਬੈਟਰ, ਤਾਂ ਮੈਂ ਉਹਦਾ ਨਸ਼ਾ ਕਰਨਾ ਸ਼ੁਰੂ ਕਰਦੇ ਹਾਂ. ਹੁਣ ਮੈਨੂੰ ਨਸ਼ਾ ਸ਼ੁਰੂ ਹੋ ਜਾਏ ਕਿ ਮੇਰੇ ਪੇਸ਼ੈਂਟਸ ਬੜੇ ਠੀਕ ਹੋ ਰਹੇ ਆ, ਇਹ ਵੀ ਇੱਕ ਨਸ਼ਾ ਮੇਰੇ ਵਾਸਤੇ, ਇਹ ਵੀ ਇੱਕ ਨਸ਼ਾ. ਇਹ ਨਸ਼ਾ ਨਾ ਬਣੇ, ਐਂਡ ਮੈਂ ਉਹਨਾਂ ਨੂੰ ਉਹਨਾਂ ਦੇ ਕ੍ਰੈਡਿਟ 'ਤੇ ਰਹਿਣ ਦਿਆਂ ਵੀ, ਜਿਹਦੀ ਵਿਲਿੰਗਨੈਸ ਹੋਏਗੀ, ਜਿਹੜਾ ਚਾਹੇਗਾ, ਜਿਹੜਾ ਆਪਣੇ ਆਪ ਨੂੰ ਉਸ ਦਾਇਰੇ 'ਤੇ, ਉਸ ਜਗ੍ਹਾ 'ਤੇ, ਯਾਰਡ ਸਟਿਕ 'ਤੇ, ਮੈਰਿਟ 'ਤੇ ਪੂਰਾ ਕਰੇਗਾ, ਹੀ ਵਿਲ ਬੀ ਦਾ ਗੇਨਫੁਲ, ਨਾਟ ਆਈ ਐਮ ਰਿਸਪੋਂਸੀਬਲ ਫਾਰ ਆਲ ਦਿਸ. ਕਿਉਂਕਿ ਮੇਰੀ ਅਕਸਰ ਇਹ ਲੜਾਈ ਅੰਦਰ ਚੱਲਦੀ ਰਹਿੰਦੀ ਹੈ ਕਿ ਬਈ ਇਹ ਕਿਉਂ ਨਹੀਂ ਠੀਕ ਹੋਇਆ, ਕਿਉਂ ਨਹੀਂ ਠੀਕ ਹੋਇਆ, ਕਿਉਂ ਨਹੀਂ ਠੀਕ ਹੋਇਆ, ਕਿਉਂ ਨਹੀਂ ਠੀਕ ਹੋਇਆ, ਬਿਕੋਜ਼ ਉਹਨੇ ਉਹ ਨਹੀਂ ਕਰ ਸਕਿਆ. ਕਿਉਂਕਿ ਇਹ ਸਾਰੀ ਚੀਜ਼ ਲੈਕਚਰ ਵਿੱਚ ਨਹੀਂ ਹੈਗੀ, ਇਹ ਲੈਕਚਰ ਵਿੱਚ ਹੈਗੀ ਨਹੀਂ ਹੈ. ਇਨਫੋਰਮੇਸ਼ਨ ਸਾਰਿਆਂ ਕੋਲ ਹੈਗੀ ਹੈ, ਪਰ ਐਕਸਪੀਰੀਅੰਸਿਸ ਸਾਰਿਆਂ ਕੋਲ ਨਹੀਂ ਹੈਗੇ. ਹੁਣ ਇਹਨਾਂ ਐਕਸਪੀਰੀਅੰਸਿਸ ਜਿਹੜੇ ਇੱਥੇ ਮੀਟਿੰਗਾਂ ਸ਼ੇਅਰ ਕੀਤੇ ਜਾਂਦੇ ਆ, ਉਹਨਾਂ ਐਕਸਪੀਰੀਅੰਸ ਦੇ ਨਾਲ ਆਪਣੇ ਐਕਸਪੀਰੀਅੰਸਿਸ ਨੂੰ ਜੋੜਨਾ, ਐਂਡ ਜਿਹੜੀ ਫਿਰ ਵਿਸਡਮ ਆਉਂਦੀ ਹੈ, ਜਿਹੜੀ ਅਕਲ ਆਉਂਦੀ ਹੈ, ਉਸ ਅਕਲ ਨੂੰ ਆਪਣੀ ਫਿਊਚਰ ਲਾਈਫ ਵਾਸਤੇ ਵਰਤਣਾ, ਦੈਟ ਇਜ਼ ਵਟ ਰਿਕਵਰੀ ਪ੍ਰੋਗਰਾਮ ਇਜ਼. ਐਂਡ ਹਰ ਰੋਜ਼ ਇੱਥੇ ਕੰਮ ਕਰਨਾ ਪੈਂਦਾ, ਹਰ ਰੋਜ਼ ਇੱਥੇ ਕੰਮ ਕਰਨਾ ਪੈਂਦਾ. ਲੋਕ ਸੋਚਦੇ ਸ਼ਾਇਦ ਇੱਕ ਘੰਟਾ ਲਗਾਇਆ, ਇੱਕ ਘੰਟੇ ਦਾ ਲੈਕਚਰ ਕੀਤਾ, ਲੈ ਕੁਛ ਵੀ ਨਹੀਂ ਕੀਤਾ. ਆਈ ਫੀਲ ਕਿ ਇੱਕ ਘੰਟੇ ਦਾ ਲੈਕਚਰ ਕਰਨ ਵਾਸਤੇ ਤੁਹਾਨੂੰ ਪੂਰਾ ਇੱਕ ਦਿਨ ਆਪਣੇ ਮਾਈਂਡ ਨੂੰ ਬਿਲਕੁਲ ਕੰਫਰਟੇਬਲ ਰੱਖਣਾ ਪੈਂਦਾ.
At least I cannot do a meeting. I cannot do a meeting, morning meeting, कोई भी meeting without working on myself first for a couple of hours. बहुत काम करना पड़ता है, बहुत ज़्यादा काम करना पड़ता है. ਜਦੋਂ ਕਿ ਬਾਕੀ ਦੇ ਸਾਰੇ ਲੋਕ ਸੁੱਤੇ ਹੁੰਦੇ ਆ, ਤੁਸੀਂ ਫਿਰ ਵੀ ਉਸ ਚੀਜ਼ 'ਤੇ ਆਪਣੇ 'ਤੇ ਕੰਮ ਕਰ ਰਹੇ ਹੋ, ਕਿਉਂਕਿ ਤੁਹਾਡੇ ਵਾਸਤੇ ਇੱਕ ਡਿਊਟੀ ਹੁੰਦੀ ਹੈ ਕਿ ਤੁਸੀਂ ਉਸ ਚੀਜ਼ ਨੂੰ ਐਕਸਪੀਰੀਅੰਸ ਨੂੰ ਸਿੰਪਲੀਫਾਈ ਕਰਕੇ ਕਿਸੇ ਨਾਲ ਕਰ ਸਕਣਾ, ਜਿਹਦੇ 'ਚ ਅਗਲਾ ਵੀ ਅੰਡਰਸਟੈਂਡ ਕਰ ਸਕੇ ਅਤੇ ਤੁਸੀਂ ਵੀ ਅੰਡਰਸਟੈਂਡ ਕਰ ਸਕੋ. ਪਰ ਸਭ ਤੋਂ ਔਖੀ ਗੱਲ ਹੈ ਕਿ ਜਿਹੜੀ ਫੈਮਿਲੀਜ਼ ਹੈ ਨਾ, ਜਦੋਂ ਉਹ ਸਾਡੇ ਨਾਲ ਨਹੀਂ ਹੁੰਦੀਆਂ, ਫਿਰ ਕਈ ਵਾਰੀ ਬੜਾ ਦੁੱਖ ਹੁੰਦਾ. ਜੇ ਤੁਸੀਂ ਕਹਿੰਦੇ ਹੋ ਸਾਨੂੰ, ਮੈਨੂੰ ਦੁੱਖ ਹੁੰਦਾ, ਸਾਨੂੰ ਬੜਾ ਦੁੱਖ ਹੁੰਦਾ, ਮੇਰੇ ਕਾਉਂਸਲਰ ਨੂੰ ਬੜਾ ਦੁੱਖ ਹੁੰਦਾ. ਕਿਉਂਕਿ ਜਦੋਂ ਫੈਮਿਲੀਜ਼ ਨੂੰ ਅਸੀਂ ਜਿਹੜੀ ਚੀਜ਼ ਕਹਿਣਾ ਚਾਹੁੰਦੇ ਹਾਂ ਕਿ ਜਿਹੜਾ ਤੁਸੀਂ, ਜਿਵੇਂ ਤੁਸੀਂ ਕਿਹਾ ਮੈਂ ਆਨਸਰ ਨਹੀਂ ਕੀਤਾ, ਜਾਂ ਜਿਹੜਾ ਆਨਸਰ ਕੀਤਾ, ਮੈਂ ਤੁਹਾਨੂੰ ਸਿਰਫ ਇੱਕ ਆਨਸਰ ਕਹਿਣਾ ਸੀਗਾ ਵੀ ਜੇ ਆਨਸਰ ਕਰਨਾ ਵੀ ਇਹਨਾਂ ਦੇ ਇੱਕ ਮਿੰਟ ਤੋਂ ਛੋਟਾ ਹੋਣਾ ਚਾਹੀਦਾ, ਲੈਸ ਦੈਨ 1 ਮਿੰਟ. ਇੱਕ ਮਿੰਟ ਤੋਂ ਵੱਡਾ ਆਨਸਰ ਹੋਇਆ ਨਹੀਂ ਤਾਂ ਤੁਸੀਂ ਅਡਿਕਟਿਵ ਬਿਹੇਵੀਅਰ 'ਚ ਫਸ ਗਏ. ਨਹੀਂ, ਕੋਈ ਵੀ ਕਿਸੇ ਨੂੰ ਸਲਾਹ ਨਾ ਦਿਓ, ਕੋਈ ਕਿਸੇ ਨੂੰ ਘਰ 'ਚ ਤਾਂ ਬਿਲਕੁਲ ਨਾ ਦਿਓ, ਘਰ 'ਚ ਕਦੀ ਕਿਸੇ ਨੂੰ ਨਸੀਹਤ ਨਾ ਦਿਓ, ਸਲਾਹ ਨਾ ਦਿਓ, ਆਪਣੇ ਪੇਸ਼ੈਂਟ ਨੂੰ ਕਦੀ ਸਲਾਹ ਨਾ ਦਿਓ. ਅਤੇ ਜੇ ਦੇਣੀ ਪੈ ਜਾਂਦੀ ਹੈ ਬਹੁਤ ਹੀ ਕ੍ਰੂਸ਼ਲ ਆਵਰਸ 'ਤੇ, ਅਤੇ 1 ਮਿੰਟ ਤੋਂ ਵੱਧ ਉਹ ਨਹੀਂ ਹੋਣੀ ਚਾਹੀਦੀ. ਜੇ ਤੁਸੀਂ 1 ਮਿੰਟ ਤੋਂ ਉੱਪਰ ਐਕਸੀਡ ਕੀਤੇ ਨਹੀਂ, ਕੜੀ ਦੇਖ ਕੇ ਦੇਖ, ਤਾਂ ਤੁਸੀਂ ਉਹ ਸਮਝ ਲਓ ਕਿ ਤੁਸੀਂ ਉਹਦਾ ਨੈਗੇਟਿਵ ਕੰਮ ਸ਼ੁਰੂ ਕਰਤਾ. ਇਹ ਪ੍ਰੋਗਰਾਮ ਦੇ ਵਿੱਚ ਨਾ ਸਭ ਤੋਂ ਜ਼ਰੂਰੀ ਗੱਲ ਹੈ ਕਿ ਜੇ ਕੋਈ ਚੀਜ਼ ਮਿਸਅੰਡਰਸਟੂਡ ਚੱਲ ਜਾਂਦੀ ਹੈ ਨਾ, ਉਹ ਨੈਗੇਟਿਵ ਵੀ ਉਨਾ ਹੀ ਨੁਕਸਾਨ ਕਰਦੀ ਹੈ ਐਜ਼ ਕੰਪੇਅਰ ਟੂ ਜਿੰਨਾ ਫਾਇਦਾ ਕਰਦੀ ਹੈ. ਸੋ ਲੋਕ ਜਿਹੜੀ ਪਾਰਸ਼ਲ ਰਿਕਵਰੀ ਕਰਦੇ ਆ, ਬਲੋਕਸ ਵਿੱਚ ਕਰਦੇ ਆ, ਸਿਲੈਕਟਿਡ ਰਿਕਵਰੀ ਕਰਦੇ ਆ, ਇੰਨੀ ਕਰ ਲਈ, ਇੰਨੀ ਰਹਿਣ ਦੀ, ਇੰਨੀ ਨਾ ਕੀਤੀ, ਜਿਹੜਾ ਸਿਲੈਕਟਿਵ ਸਰੈਂਡਰ ਹੈ, ਜਿਹੜਾ ਸਿਲੈਕਟਿਵ ਵਿਜ਼ਡਮ ਹੈ, ਉਹ ਜ਼ਿਆਦਾ ਖਤਰਨਾਕ ਹੈ ਐਜ਼ ਕੰਪੇਅਰ ਟੂ ਟੋਟਲੀ ਅਨਅਵੇਅਰ ਆਫ ਇਟ. ਕਿਉਂਕਿ ਬੰਦਾ ਕਿਸੇ ਨੂੰ ਫੋਲੋ ਤਾਂ ਕਰਦਾ, ਉਹ ਕੀ ਕਰਦਾ, ਥੋੜ੍ਹੀ ਜਿਹੀ ਨੌਲੇਜ ਲੈ ਕੇ ਤੁਸੀਂ ਤੁਰ ਪੈਂਦੇ ਹੋ, ਐਂਡ ਤੁਸੀਂ ਇੰਨੀ ਕਾਹਲੀ ਕਾਹਲੀ ਤੁਰਦੇ ਹੋ, ਤੁਸੀਂ ਹੋਰ ਜ਼ਿਆਦਾ ਆਪਣੇ ਆਪ ਨੂੰ ਪ੍ਰੋਟੈਕਟ ਕਰ ਲੈਂਦੇ ਹੋ, ਐਂਡ ਅਲਟੀਮੇਟਲੀ ਤੁਸੀਂ ਥੱਕ ਹਾਰ ਜਾਂਦੇ ਹੋ, ਅਤੇ ਫਿਰ ਤੁਸੀਂ ਸੋਚਦੇ ਹੋ ਕਿ ਜ਼ਿਆਦਾ ਫਾਇਦਾ ਹੀ ਕੋਈ ਨਹੀਂ ਹੋਇਆ, ਕਿ ਟ੍ਰੀਟਮੈਂਟ ਤਾਂ ਫੇਲ ਹੋ ਗਿਆ. ਫਿਰ ਤੁਸੀਂ ਕਿਸੇ ਹੋਰ ਟ੍ਰੀਟਮੈਂਟ ਚਲੇ ਜਾਂਦੇ ਹੋ, ਫਿਰ ਤੁਸੀਂ ਕਿਸੇ ਹੋਰ ਟ੍ਰੀਟਮੈਂਟ ਚਲੇ ਜਾਂਦੇ ਹੋ. ਉਹਦੇ ਨਾਲ ਹੁੰਦਾ ਕੀ ਹੈ ਕਿ ਆਪਣਾ ਤਾਂ ਆਪਾਂ ਨੁਕਸਾਨ ਕਰਦੇ ਹੀ ਕਰਦੇ ਹਾਂ, ਐਗਜ਼ੌਸਟ ਨਹੀਂ ਆ, ਬਟ ਆਪਣੇ ਪੇਸ਼ੈਂਟ ਦਾ ਬਹੁਤ ਜ਼ਿਆਦਾ ਨੁਕਸਾਨ ਕਰਦੇ ਹਾਂ, ਜਿਹੜਾ ਕਿ ਪੇਸ਼ੈਂਟ 100% ਠੀਕ ਹੋਣ ਵਾਲਾ, ਇਹ ਬਿਮਾਰੀ ਬਿਲਕੁਲ 100% ਠੀਕ ਹੋਣ ਵਾਲੀ ਹੈ. ਜੇ ਨਹੀਂ ਠੀਕ ਹੁੰਦੀ ਤਾਂ ਸਿਰਫ ਤਾਂ ਸਿਰਫ ਸਾਡਾ ਆਪਣਾ ਡਾਕਟਰ ਦਾ, ਕਾਉਂਸਲਰ ਦਾ, ਫੈਮਿਲੀ ਦਾ ਜਾਂ ਪੇਸ਼ੈਂਟ ਦਾ, ਚਾਰਾਂ ਤੋਂ ਕਿਸੇ ਦਾ ਫੋਲਟ ਹੈ ਜਿਹਨੇ ਕਿ ਇਸ ਚੀਜ਼ ਨੂੰ ਉਸ ਨਜ਼ਰੀਏ ਨਾਲ ਨਹੀਂ ਦੇਖਿਆ ਜਿਹੜੇ ਨਜ਼ਰੀਏ ਨਾਲ ਦੇਖਣਾ ਚਾਹੀਦਾ ਸੀ, ਜਾਂ ਉਨੀ ਮਿਹਨਤ ਜਾਂ ਉਨੀ ਕੁਰਬਾਨੀ ਜਾਂ ਉਨਾ ਡੈਡੀਕੇਸ਼ਨ ਨਹੀਂ ਦਿਖਾਈ. ਜੇ ਉਨੀ ਡੈਡੀਕੇਸ਼ਨ ਦਿਖਾਈ ਗਈ ਤਾਂ ਫਿਰ ਇਹ 100% ਠੀਕ ਹੋਣ ਵਾਲੀ ਹੈ. ਬਾਕੀ ਦੇ ਜਿਹੜੇ ਪ੍ਰੋਗਰਾਮਸ ਹੈ ਉਹਨਾਂ ਨਾਲ ਮੈਂ ਨਹੀਂ ਕੰਪੇਅਰ ਕਰਦਾ, ਪਰ ਸਾਡੇ ਪ੍ਰੋਗਰਾਮ ਦੇ ਵਿੱਚ ਤਾਂ ਮੈਨੂੰ ਇਹੀ ਗੱਲ ਸਮਝ ਆ ਗਈ ਹੈ ਕਿ ਜਿੰਨੀ ਦੇਰ ਤੱਕ ਤੁਸੀਂ ਆਪਣੇ 'ਤੇ ਕੰਮ ਨਹੀਂ ਨਾ ਕਰਦੇ, ਇਹ ਪ੍ਰੋਗਰਾਮ ਨਹੀਂ ਸਕਸੈਸਫੁਲ ਚੱਲ ਸਕਦਾ. ਅਤੇ ਮੈਨੂੰ ਲੱਗਦਾ ਕਿ ਸਾਡਾ ਪ੍ਰੋਗਰਾਮ ਸਕਸੈਸਫੁਲ ਸਿਰਫ ਇਸ ਕਰਕੇ ਹੀ ਹੈ ਕਿਉਂਕਿ ਮੈਂ ਤਾਂ ਪੂਰਾ ਸ਼ਿੱਦਤ ਨਾਲ ਆਪਣੇ 'ਤੇ ਕੰਮ ਕਰਦਾ. ਮੈਨੂੰ ਨਹੀਂ ਫਰਕ ਪੈਂਦਾ ਕੋਈ ਕਰਦਾ ਜਾਂ ਨਹੀਂ ਕਰਦਾ, ਜਾਂ ਕੋਈ ਮੇਰਾ ਮੋਨੀਟਰ ਕਰਦਾ ਜਾਂ ਨਹੀਂ ਕਰਦਾ, ਜਾਂ ਸਟੂਡੈਂਟਸ ਕਰਦੇ ਕਿ ਨਹੀਂ ਕਰਦੇ, ਜਾਂ ਫੈਮਿਲੀਜ਼ ਕਰਦੀਆਂ ਕਿ ਨਹੀਂ ਕਰਦੀਆਂ. ਮੈਨੂੰ ਇਹ ਲੱਗਦਾ ਕਿ ਇਹ, ਕਿਉਂਕਿ ਰਿਕਵਰੀ ਜਿਹੜੀ ਨਾ ਇੱਕ ਚੀਜ਼, ਇੱਕ ਇਹ ਤੁਸੀਂ ਇਹ ਨਾ ਸੋਚੋ ਕਿ ਸਿਰਫ ਨਸ਼ਾ ਛੱਡਣ 'ਤੇ ਕੰਮ ਆਉਂਦੀ ਹੈ. ਅਸਲੀ ਇਹਦਾ ਕੰਮ ਸ਼ੁਰੂ ਹੋਣਾ ਜਦੋਂ ਤੁਸੀਂ ਨਸ਼ਾ ਛੱਡ ਕੇ ਬਾਅਦ 'ਚ ਬੈਠਣਾ, ਜਦੋਂ ਲਾਈਫ ਦੀਆਂ ਪ੍ਰੋਬਲਮਸ ਆਉਣੀਆਂ, ਜਦੋਂ ਰਿਲੇਸ਼ਨਸ਼ਿਪ ਪ੍ਰੋਬਲਮਸ ਆਉਣੀਆਂ, ਤੁਹਾਡੀ ਲਾਈਫ ਦੇ ਵਿੱਚ ਫਾਈਨੈਂਸ਼ੀਅਲ ਪ੍ਰੋਬਲਮਸ ਆਉਣੀਆਂ, ਤੁਹਾਡੀਆਂ ਸਕਸੈਸ ਫੇਲੀਅਰਸ, ਤੁਹਾਡੀ ਐਡਜਸਟਮੈਂਟ ਪ੍ਰੋਬਲਮਸ, ਤੁਹਾਡੀ ਲੋਕਾਂ ਦੇ ਨਾਲ ਜਿਹੜੀ ਵਾਰਤਾਲਾਪ ਹੈ ਜਾਂ ਦੁੱਖਾਂ ਦੇ ਨਾਲ ਜਿਹੜਾ ਨਿਭਾਅ ਹੁੰਦਾ, ਉਹਦੇ 'ਚ ਜਿਹੜੀਆਂ ਪ੍ਰੋਬਲਮਸ ਆਉਣੀਆਂ ਨਾ, ਉਹਦੇ ਵਾਸਤੇ ਅਸਲੀ ਰਿਕਵਰੀ ਕੰਮ ਆਉਣੀ ਹੈ. ਅਸਲੀ ਰਿਕਵਰੀ ਉਦੋਂ ਕੰਮ ਆਉਣੀ ਹੈ. ਐਂਡ ਇਹ ਤੁਸੀਂ ਭੁੱਲ ਜਾਓ ਕਿ ਉਮਰ ਦੇ ਨਾਲ ਇਹ ਠੀਕ ਹੋ ਜਾਂਦੀ ਨਾ. ਮੈਂ ਦੇਖਿਆ ਉਮਰ ਵਧਣ ਨਾਲ ਕੋਈ ਰਿਕਵਰੀ ਦੇ ਵਿੱਚ ਵਿਜ਼ਡਮ ਨਹੀਂ ਆਉਂਦਾ. ਰਿਕਵਰੀ 'ਚ ਵਿਜ਼ਡਮ ਆਉਂਦਾ ਜੇ ਤੁਸੀਂ ਕੰਮ ਕਰਦੇ ਹੋ. ਉਹਨਾਂ ਕੰਮਾਂ ਦੇ ਵਿੱਚੋਂ ਸਭ ਤੋਂ ਪਹਿਲਾ ਕੰਮ ਹੈ ਹੇਅਰ ਐਂਡ ਨਾਊਸ ਰਹਿਣਾ, ਦੂਸਰਾ ਕੰਮ ਹੈ ਐਕਸੈਪਟੈਂਸ, ਜੇ ਮੈਮ ਨੇ ਕਿਹਾ ਐਕਸੈਪਟੈਂਸ, ਹੇਅਰ ਐਂਡ ਨਾਓ, ਤੀਸਰਾ ਆਪਣੀ ਲਾਈਫ ਦੇ ਵਿੱਚ ਇੱਕ ਪਰਪਸ, ਚੌਥਾ ਆਪਣੀ ਲਾਈਫ ਦੇ ਵਿੱਚ ਇੱਕ ਆਪਣੇ ਆਪ ਨੂੰ ਕੋਈ ਕਿਸੇ ਦੇ ਐਕਸਪੀਰੀਅੰਸ ਨੂੰ ਆਪਣੇ ਅੰਦਰ ਸ਼ੇਅਰ ਕਰਨਾ, ਆਪਣੀ ਪੇਨ ਨੂੰ ਅੰਡਰਸਟੈਂਡ ਕਰਨਾ, ਆਪਣੀ ਪਰਸਿਸਟੈਂਸ, ਆਪਣੇ ਹਿਊਮਨ ਬ੍ਰੇਨ ਨੂੰ ਚਲਾਉਂਦੇ ਰਹਿਣਾ, ਆਪਣੇ ਐਨੀਮਲ ਬ੍ਰੇਨ ਨੂੰ ਘੱਟ ਤੋਂ ਘੱਟ ਵਰਤਣਾ, ਰਿਐਕਟਿਵ ਘੱਟ ਹੋਣਾ, ਠੀਕ ਹੈ, ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਕੰਮ ਆਉਂਦੀਆਂ. ਐਂਡ ਅਲਟੀਮੇਟਲੀ ਕੰਮ ਆਉਂਦੀ ਹੈ ਇੱਕ ਅਸਰਟਿਵਨੈਸ ਹੋਣੀ ਚਾਹੀਦੀ ਹੈ, ਕਿੰਨੀ ਗੱਲ ਕਹਿਣੀ ਹੈ, ਆਪਣੇ ਆਪ ਨੂੰ ਨਾ ਕਿਸ ਤਰ੍ਹਾਂ ਕਰਨੀ ਹੈ, ਇਹ ਸਾਰੀਆਂ ਚੀਜ਼ਾਂ ਸਿੱਖਣ ਵਾਲੀਆਂ. ਹੁਣ ਮੈਂ ਇੱਕ ਹੀ ਗੱਲ ਕਰ ਸਕਦਾ, ਸਿੱਖਣ ਵਾਲੀਆਂ ਚੀਜ਼ਾਂ, ਅਸੀਂ ਐਵਰੀਡੇ 'ਚ ਇਹ ਚੀਜ਼ਾਂ ਅੰਦਰ ਆਪਣੇ ਆਪ ਇਹ ਚੀਜ਼ਾਂ ਸਿਖਾਉਂਦੇ ਹਾਂ. ਡਿਸਿਪਲਿਨ 'ਚ ਰਹਿਣਾ, ਟਾਈਮ 'ਚ ਰਹਿਣਾ, ਅਸਰਟਿਵਨੈਸ ਬੜੀ ਇੰਪੋਰਟੈਂਟ ਚੀਜ਼ ਹੈ. ਆਪਣੇ ਆਪ ਨੂੰ ਨਾ ਕਰਨੀ, ਸਭ ਤੋਂ ਵੱਡੀ ਤਾਂ ਬੰਦਾ ਆਪਣੇ ਆਪ ਨੂੰ ਨਾ ਕਰਨੀ ਸਿੱਖੇ, ਫਿਰ ਹੀ ਕਿਸੇ ਨੂੰ ਨਾ ਕਰ ਸਕਦਾ. ਇਹ ਸਾਰੀਆਂ ਚੀਜ਼ਾਂ ਇੰਪੋਰਟੈਂਟ ਹੈਗੀਆਂ. ਫਿਰ ਲਾਸਟ ਆਉਂਦਾ ਗ੍ਰੈਟੀਟਿਊਡ, ਕਿ ਜਿਹੜੀਆਂ ਚੀਜ਼ਾਂ
ਗ੍ਰੈਟੀਟਿਊਡ ਇਜ਼ ਇੱਕ ਇਹੋ ਜਿਹਾ ਐਂਟੀਡੋਟ ਹੈ ਜਿਹੜੀ ਐਂਗਜ਼ਾਇਟੀ ਡਿਪਰੈਸ਼ਨ ਸਾਰੀ ਦੁਨੀਆ ਦੀਆਂ ਅਨਆਂਸਰਡ ਕੁਐਸਚਨਸ ਨੂੰ ਆਨਸਰ ਕਰ ਦਿੰਦਾ ਐਂਡ ਤੁਹਾਨੂੰ ਸਟੇਬਲ ਰੱਖਦਾ ਤੁਹਾਨੂੰ ਪੋਜ਼ਿਟਿਵ ਰੱਖਦਾ ਇਸ ਕੰਮ 'ਚ ਨਾ ਰੱਖਣ ਤੋਂ ਨਹੀਂ ਤਾਂ ਤੁਸੀਂ ਐਗਜ਼ੌਸਟ ਹੋ ਕੇ ਖਤਮ ਹੋ ਜਾਂਦੇ ਸੋ ਇਹ ਸਾਰੇ ਪ੍ਰੋਗਰਾਮ ਨਾ ਪ੍ਰੈਕਟਿਸ ਨਾਲ ਆਉਣੇ ਆ ਬਸ ਸਿਰਫ ਤੁਸੀਂ ਪ੍ਰੈਕਟਿਸ ਕਰਨੀ ਹੈ ਸਵੇਰ ਤੋਂ ਲੈ ਕੇ ਛੋਟੇ ਹੁੰਦੇ ਜਿਵੇਂ ਛੋਟੇ ਬੱਚੇ ਆਪਾਂ ਪ੍ਰੈਕਟਿਸ ਕਰਦੇ ਹਾਂ ਸੁਣ ਕੇ ਸਮਝ ਕੇ ਇੱਕ ਵਾਰੀ ਆਪਣੀ ਅਕਲ ਲੈ ਲਈ ਪ੍ਰੈਕਟਿਸ ਇਜ਼ ਦਾ ਓਨਲੀ ਥਿੰਗ ਵਿਚ ਮੇਕਸ ਦਾ ਡਿਫਰੈਂਸ ਐਂਡ ਐਂਬੀਗਿਊਟੀ ਆਉਣੀ ਬਿਲਕੁਲ ਨੋਰਮਲ ਗੱਲ ਹੈਗੀ ਹੈ ਤੁਹਾਨੂੰ ਲੱਗਦਾ ਹੈ ਕਿ ਇਹ ਰਿਐਲਿਟੀ ਇਹ ਹੈ ਕਿ ਉਹ ਰੀਅਲ ਸੀਗਾ ਇਹ ਰੀਅਲ ਹੈ ਕਿ ਉਹ ਰੀਅਲ ਹੈ ਇਹ ਮੈਨੂੰ ਨਹੀਂ ਲੱਗਦਾ ਕਈ ਵਾਰੀ ਮੈਂ ਪੇਸ਼ੈਂਟ ਦੀ ਗੱਲ ਸੁਣਦਾ ਮੈਂ ਸੋਚਦਾ ਇਹ ਰੀਅਲ ਹੈ ਕਿ ਉਹ ਰੀਅਲ ਹੈ ਉਹ ਰੀਅਲ ਹੈ ਕਿ ਇਹ ਰੀਅਲ ਹੈ ਬਟ ਅਲਟੀਮੇਟਲੀ ਰਿਐਲਿਟੀ ਜਿਹੜੀ ਓਨੈਸਟੀ ਹੈ ਉਹ ਹੀ ਪਰਸਿਸਟ ਕਰਦੀ ਹੈ ਡਿਸਓਨੈਸਟੀ ਫੇਕਨੈਸ ਜਿਹੜੀ ਹੈ ਨਾ ਬਹੁਤ ਹੀ ਦੇਰ ਨਹੀਂ ਪਰਸਿਸਟ ਕਰਦੀ ਸੋ ਵਟ ਇਜ਼ ਡੇਅਰ ਜੇ ਤੁਹਾਨੂੰ ਇਸ ਵੇਲੇ ਅਨਰੀਅਲ ਵੀ ਮਿਲ ਰਿਹਾ ਫੇਕ ਵੀ ਮਿਲ ਰਿਹਾ ਨਾ ਈਵਨ ਦੈਨ ਹੈਵ ਗ੍ਰੈਟੀਟਿਊਡ ਫਾਰ ਦੈਟ ਮੈਂ ਤੁਹਾਨੂੰ ਆਪਸ਼ਨ ਇਹ ਕਿਹਾ ਸੀਗਾ ਕਿ ਡੂ ਯੂ ਹੈਵ ਥਰਡ ਆਪਸ਼ਨ ਮੈਂ ਕਹਿੰਦੀ ਕਹਿੰਦੇ ਨਹੀਂ ਮੈਂ ਕਿਹਾ ਜੇ ਆਪਸ਼ਨ ਕੋਈ ਨਹੀਂ ਫਿਰ ਇਹਨੂੰ ਰੀਅਲ ਦੂੰਗਾ ਠੀਕ ਜਦੋਂ ਆਪਸ਼ਨ ਹੀ ਕੋਈ ਨਹੀਂ ਹੈ ਬਟ ਮੇਰੇ ਕੋਲ ਜਦੋਂ ਕੋਈ ਆਪਸ਼ਨ ਨਹੀਂ ਮੈਂ ਕਹਿੰਦਾ ਨਹੀਂ ਠੀਕ ਹੈ ਆਪਸ਼ਨ ਕੋਈ ਨਹੀਂ ਹੈ ਮੇਰੇ ਕੋਲ ਫਿਰ ਐਕਸੈਪਟ ਕਰ ਲੂੰ ਫਿਰ ਐਕਸੈਪਟ ਕਰ ਲੂੰ ਫਿਰ ਬਜਾਏ ਕਿ ਆਪਾਂ ਇਹ ਚੋਂ ਕੱਢਦੇ ਰਹੀਏ ਨਹੀਂ ਨਹੀਂ ਕੁਛ ਨਹੀਂ ਕੱਢਣ ਦੀ ਜੇ ਅੱਜ ਨਹੀਂ ਵੀ ਰੀਅਲ ਹੈਗਾ ਕੱਲ੍ਹ ਨੂੰ ਰੀਅਲ ਹੋ ਜਾਏਗਾ ਥੈਂਕ ਯੂ ਜੀ